ਬੜੀ ਸੌਖੀ ਜੀ ਪੰਜਾਬੀ ਅਰਦਾਸ ਦੀ ਬੜੀ ਮਹਾਨਤਾ ਹੈ ਸਿੱਖ ਜਗਤ ਦੇ ਵਿੱਚ, ਬਸ਼ਰਤੇ ਕਿ ਦਿਲੋਂ ਹੋਵੇ, ਉੱਤੋਂ ਉੱਤੋਂ ਨਹੀਂ। ਇਹ ਨਹੀਂ ਵੀ ਢਾਈ ਰੁਪਈਏ ਚੜ੍ਹਾ ਕੇ ਤਾਂ ਕਹਿਤਾ ਮਹਾਰਾਜ ਮੇਰੇ ਮੁੰਡੇ ਨੂੰ ਦੁਬਈ ਲੈ ਜਾਈਏ, ਕਿ ਅਰਦਾਸ ਚੜ੍ਹਦਾ ਕਿਤੇ ਹੋਵੇਗਾ, ਦਿਲੋਂ ਮਨਜ਼ੂਰ ਕਰਦਾ ਹੈ ਪਰਮਾਤਮਾ। ਮੈਂ ਅਰਦਾਸ ਦੇ ਬਾਰੇ, ਸਿੱਖ ਜਗਤ ਦੇ ਵਿੱਚ ਬੜੀ ਵੱਡੀ ਮਹਾਨਤਾ ਹੈ ਜੀ, ਅਰਦਾਸ ਬਾਰੇ ਕੁਝ ਸ਼ਬਦ ਆਪ ਜੀ ਨਾਲ ਸਾਂਝੇ ਕਰਨ ਲੱਗਾ। ਅਸੂ ਦਾ ਮਹੀਨਾ ਆ, ਬੜੀ ਸੌਖੀ ਜੀ ਪੰਜਾਬੀ। ਅਸੂ ਦਾ ਮਹੀਨਾ ਆ ਤੇ ਵੇਲਾ ਆ ਸਵੇਰ ਦਾ, ਕੋਈ ਪੜ੍ਹੇ ਬਾਣੀ ਕੋਈ ਮਾਲਾ ਪਿਆ, ਕਹਿਣਾ ਹੀ ਪੈਣਾ ਮਾਲਾ ਪਿਆ ਸਵੇਰ ਦਾ। ਰਾਗੀ ਸਿੰਘ ਰਾਗਾਂ ਦੀਆਂ ਹੇਕਾਂ ਪਏ ਲਾਉਂਦੇ ਆ, ਗੁਰੂ ਦੇ ਪਿਆਰੇ ਗੁਰਬਾਣੀ ਪਏ ਗਾਉਂਦੇ ਆ। ਸੁਬਾਹ ਦਾ ਦੀਵਾਨ ਵਾ ਤੇ ਭੋਗ ਹਾਲੀ ਪਾਇਆ ਨਹੀਂ, ਸੁਬਾਹ ਦਾ ਦੀਵਾਨ ਵਾ ਤੇ ਭੋਗ ਹਾਲੀ ਪਾਇਆ ਨਹੀਂ, ਭਾਈ ਹੋਰਾਂ ਹਾਲੀ ਪ੍ਰਸ਼ਾਦ ਵਰਤਾਇਆ ਨਹੀਂ। ਬੱਚੇ ਪਏ ਉਡੀਕਦੇ ਆ ਭੋਗ ਕਦੋਂ ਪਊਗਾ, ਉਹ ਕਿਹੜੇ ਆਸਾਈ ਦੀ ਵਾਰ ਸੁਣਨਾ, ਨਿੱਕੇ ਨਿੱਕੇ ਬੱਚੇ ਪਏ ਉਡੀਕਦੇ ਆ ਭੋਗ ਕਦੋਂ ਪਊਗਾ, ਬਾਬਾ ਸਾਨੂੰ ਕੜਾ ਪ੍ਰਸ਼ਾਦ ਕਦੋਂ। ਤੋ ਇਹਨੇ ਨੂੰ ਪੰਡਾਲ ਵਿੱਚ ਬੰਦਾ ਇੱਕ ਆਇਆ ਏ, 6-7 ਬੰਦੇ ਨਾਲ ਆਪਣੇ ਹਾਂ ਨਵੇਂ ਨਵੇਂ ਲੀੜੇ ਉਹਦੇ ਸਾਥੀਆਂ ਨੇ ਪਾਏ ਆ ਗੁਰੂ ਦਰਬਾਰ 'ਚ ਸੁਗਾਤਾਂ ਲੈ ਕੇ ਆਏ ਆ। ਟੋਰ ਉਹਦਾ ਦੱਸਦਾ ਵੀ ਬੰਦਾ ਕੋਈ ਖਾਸ ਵਾ, ਉਹਦੀ ਤੋਤੇ ਰੰਗੀ ਪੱਗ ਵਾ ਤੇ ਰੇਸ਼ਮੀ ਲਿਬਾਸ ਵਾ, ਗਲ ਉਹਦੇ ਕੈਂਠਾ, ਝਲਕਾਰੇ ਪਏ ਪੈਂਦੇ ਆ ਪਿੰਡਾਂ ਵਿੱਚ, ਲੋਕ ਇਹਨੂੰ ਲਾਲ ਸਿੰਘ ਕਹਿੰਦੇ ਆ। ਲਾਲ ਸਿੰਘ ਸਿੱਧਾ ਦਰਬਾਰ ਵਿੱਚ ਆਇਆ ਏ ਤੇ ਸਿਰ ਉੱਤੇ ਪਾਂਡ ਇੱਕ ਚੁੱਕ ਕੇ ਲਿਆਇਆ ਏ, ਵੇਖ ਵੇਖ ਉਹਦੀ ਪਾਂਡ ਨੂੰ ਹੈਰਾਨ ਹਰ ਜੀ ਏ, ਇਹਦੀ ਖੇਸ ਵਿੱਚ ਬੰਨੀ ਹੋਈ ਪਾਂਡ ਵਿੱਚ ਕੀ, ਕਿਸੇ ਵੀ ਨਹੀਂ ਬੁੱਝਿਆ। ਅਜੀਬ ਇਹ ਸਵਾਲ ਹੈ ਕਿ ਲਾਲ ਸਿੰਘ ਖੇਸ 'ਚ ਲਪੇਟੀ ਹੋਈ ਢਾਲ ਹੈ, ਲਾਲ ਸਿੰਘ ਨੇ ਖੇਸ 'ਚ ਲਪੇਟੀ ਹੋਈ ਢਾਲ ਹੈ, ਗਲ ਵਿੱਚ ਪੱਲਾ ਪਾ ਕੇ ਲਾਲ ਸਿੰਘ ਆਖਿਆ ਜਗਦਿਆ ਵਾਲੀਆ ਤੇ ਦੁਖੀਆਂ ਦੇ ਰਾਖਿਆ, ਬੜੀ ਦੂਰੋਂ ਚੱਲ ਕੇ ਅਨੰਦਪੁਰ ਆਇਆ ਵਾਂ ਤੇ ਆਪ ਲਈ ਸੁਗਾਤ ਇੱਕ ਢਾਲ ਮੈਂ ਲਿਆਇਆ ਵਾਂ। ਮਾਤਾ ਕਰਾਂ ਕੀ ਬਿਆਨ, ਪਕਿਆਈ ਇਸ ਢਾਲ ਦੀ ਕਿਸੇ ਨਹੀਂ ਬਣਾਈ ਅਜੇ ਢਾਲ ਇਹਦੇ, ਇਹਦੇ ਵਿੱਚ ਛੇਕ ਭਲਾ ਗੋਲੀਆਂ ਕੀ ਪਾਉਣੇ ਆ, ਅਤੀਰ ਤਲਵਾਰੇ ਦੇ ਸਾਹਮਣੇ ਖੜਾਉਣੇ ਆ ਹੈਂ ਆਪਦਿਆਂ ਸਿੱਖਾਂ ਕੋਲ, ਜਿੰਨੇ ਹਥਿਆਰ ਨੇ ਮੇਰੀ ਢਾਲ ਸਾਹਮਣੇ ਸਾਰੇ ਹੀ ਬੇਕਾਰ ਨੇ, ਮੇਰੀ ਢਾਲ ਸਾਹਮਣੇ ਇਹ ਸਾਰੇ ਹੀ ਬੇਕਾਰ ਨੇ, ਇੰਨੇ ਆ ਮੁਲਾਇਮ ਉੱਤੇ ਮੱਖੀ ਵੀ ਨਾ ਪੈਂਦੀ ਏ, ਤੇ ਗੋਲੀ ਜਦੋਂ ਵੱਜਦੀ ਤੇ ਉਹ ਜਾ ਕੇ ਪੈਂਦੀ ਏ, ਗੋਲੀ ਜਦੋਂ ਵੱਜਦੀ ਤੇ ਉਹ ਜਾ ਕੇ ਪੈਂਦੀ ਏ। ਲਾਲ ਸਿੰਘ ਮਾਣ ਵਿੱਚ ਛਾਤੀ ਤਾਈਂ ਤਾਣ ਕੇ ਟੋਰ ਦੱਸੀ ਜਾਂਦਾ ਸੀ, ਹੰਕਾਰ ਵਿੱਚ ਆਣ ਕੇ ਮਾਣ ਮਤਾ ਬੋਲੀ ਗਿਆ, ਮਾਣ ਵਿੱਚ ਆ ਕੇ ਗੱਲਾਂ ਰਹੇ ਸੁਣਦੇ ਦਾਤਾਰ ਨੀਵੀਂ ਪਾ ਕੇ ਕਹਿਣ ਲੱਗੇ, ਭਾਈ ਸਿੱਖਾ ਗੱਲ ਤੇਰੀ ਠੀਕ ਵਾ, ਤੂੰ ਜੋ ਵੀ ਕੁਝ ਆਖਣਾ ਏ ਪੱਥਰ ਤੇ ਲੀਕ ਵਾ, ਮੰਨਦੇ ਆ ਲਾਲ ਸਿੰਘਾ ਗੱਲ ਤੇਰੀ ਸੱਚੀ ਆ। ਅਸੀਂ ਕਦੋਂ ਆਖਦੇ ਹਾਂ ਢਾਲ ਤੇਰੀ ਕੱਚੀ ਆ, ਅਸੀਂ ਕਦੋਂ ਆਖਦੇ ਹਾਂ ਢਾਲ ਤੇਰੀ ਕੱਚੀ ਆ, ਪਰ ਚਾਹਨਾ ਪਹਿਲੋਂ ਹਰ ਹਥਿਆਰ ਅਜ਼ਮਾਈ ਦਾ, ਟਾਈਮ ਥੋੜ੍ਹਾ ਆ ਮੈਂ ਜਿਹੜੇ ਚੌਥੇ ਗੇਅਰ 'ਚ ਚਲਾਉਣ ਲੱਗਾ, ਪਰ ਚਾਹਨਾ ਪਹਿਲੋਂ ਹਰ ਹਥਿਆਰ ਅਜ਼ਮਾਈ ਦਾ ਤੇ ਫਿਰ ਉਹਨੂੰ ਜੰਗ ਦੇ ਮੈਦਾਨ 'ਚ ਲਿਜਾਈ ਦਾ, ਕੱਲ੍ਹ ਨੂੰ ਇੱਕ ਚੰਗੀ ਜਿਹੀ ਬੰਦੂਕ ਮੰਗਵਾਵਾਂਗੇ ਤੇ ਕੱਲ੍ਹ ਨੂੰ ਸਵੇਰੇ ਤੇਰੀ ਢਾਲ ਅਜ਼ਮਾਵਾਂਗੇ, ਸਾਡੀ ਵੀ ਬੰਦੂਕ ਦੀ ਨਾ ਗੋਲੀ ਕਿਸੇ ਡੱਕੀ ਆ, ਵੇਖ ਲਾਂਗੇ ਢਾਲ ਤੇਰੀ ਕੱਚੀ ਆ ਗਈ ਪੱਕੀ ਆ। ਹੈਂ ਗੱਲ ਸੁਣ, ਲਾਲ ਸਿੰਘ ਸੋਚਾਂ ਵਿੱਚ ਪੈ ਗਿਆ, ਚੜਿਆ ਗਰੂਰ ਦਾ ਸਰੂਰ ਸਾਰਾ ਲੈ ਗਿਆ, ਸੋਚੇ ਮਨੋ ਮੂਰਖਾ ਉਹ ਤੂੰ ਚੰਦ ਕੀ ਚੜਾ ਲਿਆ, ਹੋ ਕੇ ਟਟਹਿਣਾ ਮੱਥਾ ਸੂਰਜ ਨਾ ਲਾ ਲਿਆ,
ਹੋ ਕੇ ਟਟਹਿਣਾ, ਤੂੰ ਮੱਥਾ ਸੂਰਜ ਨਾ ਲਾ ਲਿਆ, ਉਹਦੀ ਗਲੀ ਚਾਵੇ ਛਾਤੀ ਬਿੰਨਦਾ ਪਤਾਲ ਦੀ, ਉਹਦੇ ਅੱਗੇ ਕੀ ਔਕਾਤ ਤੇਰੀ ਢਾਲ ਦੀ। ਸੋਚਾਂ ਵਿੱਚ ਦਿਲ ਉਹਦਾ ਜਾਂਦਾ ਹੈ ਸੀ ਦੱਬਦਾ, ਭਲਾ ਕਿਆ ਮੁਕਾਬਲਾ ਹੋਏ ਬੰਦੇ ਅਤੇ ਰੱਬ ਦਾ। ਇੱਦਾਂ ਜਦੋਂ ਮਾਣ ਦਾ ਮਨਾਰਾ ਉਹਦਾ ਢਹਿ ਗਿਆ, ਲੰਘ ਗਈ ਦੁਪਹਿਰ ਅਤੇ ਦਿਨ ਢਾਲੇ ਪੈ ਗਿਆ ਸ਼ਾਮੀ, ਉਹਨੇ ਪਿਆਰ ਨਾਲ ਪੜੀ ਰਹਿ ਰਾਸ ਹੈ, ਗਲ ਵਿੱਚ ਪੱਲਾ ਪਾ ਕੇ ਕੀਤੀ ਅਰਦਾਸ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਖਲੋ ਕੇ ਦਿਲ ਤੋਂ ਹੰਕਾਰ ਵਾਲੀ ਮੈਲ ਸਾਰੀ ਧੋ ਕੇ ਕਹਿਣ ਲੱਗਾ, ਦਾਤਾ ਸਾਰੇ ਜੱਗ ਦੇ ਵਾਲੀਆ, ਤੇਰਾ ਲਾਲ ਸਿੰਘ ਤੇਰੇ ਦਰ ਦਾ ਸਵਾਲ ਨਹੀਂ ਹੈ। ਦਾਸ ਸੇਵਕਾਂ ਤੇ ਰੱਖਦਾ ਤੂੰ ਰਹਿਮਤਾਂ ਦੀ ਛਾਂ ਏ, ਮਾਣ ਤੂੰ ਨਮਾਣੇ ਦਾ ਨਥਾਵਿਆਂ ਦੀ ਥਾਂ ਏ, ਬਣੇ ਜੋ ਨਮਾਣਾ ਉਹਦਾ ਦਿਲ ਨਹੀਂ ਤੂੰ ਤੋੜਦਾ, ਦਰ ਉੱਤੇ ਆਇਆ ਤਾਂ ਹੀ ਖਾਲੀ ਵੀ ਨਹੀਂ ਮੋੜਦਾ, ਤੇਰੇ ਅੱਗੇ ਬੇਨਤੀ ਦਾ ਤਾਰ ਤੇਰੇ ਸਿੱਖ ਦੀ, ਕੱਲ ਨੂੰ ਹੋਵੇ ਨਾ ਪਰਖ ਵੇਲੇ ਹਾਰ ਤੇਰੇ ਸਿੱਖ, ਹੋਵੇ ਨਾ ਪਰਖ ਵੇਲੇ ਹਾਰ ਤੇਰੇ ਸਿੱਖ ਦੀ। ਤੋ ਕਰੀ ਜਾਵੇ ਪਾਠ, ਨਾਲੇ ਦਿਲ ਡਰੀ ਜਾਂਦਾ ਸੀ, ਮੰਜੇ ਉੱਤੇ ਪਿਆ ਹੀ ਅਰਦਾਸਾਂ ਕਰੀ ਜਾਂਦਾ ਸੀ, ਮੰਜੇ ਉੱਤੇ ਪਿਆ ਹੀ ਅਰਦਾਸਾਂ ਕਰੀ ਜਾਂਦਾ ਸੀ। ਇੱਦਾਂ ਲਾਲ ਸਿੰਘ ਨੇ ਬਿਤਾਇਆ ਸਮਾਂ ਰਾਤ ਦਾ, ਅਤੇ ਗੁਰਾਂ ਨੇ ਸਜਾਇਆ ਇਹ ਦੀਵਾਨ ਪ੍ਰਭਾਤ ਦਾ। ਲਾਲ ਸਿੰਘ ਚੱਲ ਕੇ ਦੀਵਾਨ ਵਿੱਚ ਆਇਆ ਏ, ਅਤੇ ਨਾਲੇ ਨਾਲ ਆਪਣੀ ਉਹ ਢਾਲ ਵੀ ਲਿਆਇਆ ਏ, ਰੰਗ ਜੋ ਹੰਕਾਰ ਦਾ ਸੀ ਉਹਦੇ ਦਿਲ ਉੱਤੋਂ ਲੈ ਗਿਆ, ਆਣ ਕੇ ਦੀਵਾਨ ਵਿੱਚ ਢਾਲ ਸਣੇ ਬਹਿ ਗਿਆ। ਫਿਰ ਮਾਣਿਆ ਆਨੰਦ ਸੀ ਉਸ ਇਲਾਹੀ ਦਰਬਾਰ ਦਾ, ਭੋਗ ਪਾਇਆ ਗਿਆ ਜਦੋਂ ਆਸਾ ਜੀ ਦੀ। ਇਹਨੇ ਨੂੰ ਦਾਤਾਰ ਦੀ ਆਵਾਜ਼ ਇੱਦਾਂ ਆਈ ਏ, ਲਿਆ ਲਾਲ ਸਿੰਘਾ ਤੇਰੀ ਢਾਲ ਅਜ਼ਮਾਈਏ, ਪਾਤਸ਼ਾਹ ਦੀ ਆਵਾਜ਼ ਆਈ, ਲਿਆ ਲਾਲ ਸਿੰਘਾ ਤੇਰੀ ਢਾਲ ਅਜ਼ਮਾਈਏ। ਸੋਚਦੇ ਸੀ ਕਈ ਲਾਲ ਸਿੰਘ ਵੀ ਸ਼ਦਾਈ ਆ, ਹੈਂ ਕਰਨਾ ਹੰਕਾਰ ਭਲਾ ਕਿੱਥੋਂ ਦੀ ਦਨਾਈ ਆ, ਕਰਨਾ ਹੰਕਾਰ ਭਲਾ ਕਿੱਥੋਂ ਦੀ ਦਨਾਈ ਆ, ਅੱਜ ਪਤਾ ਲੱਗੂ। ਹੁਣ ਵਿੱਚੋਂ ਸੋਚਦੇ ਵੀ ਲਾਲ ਸੁਣੂ ਅੱਜ ਪਤਾ ਲੱਗੂ, ਇਹਦੀ ਧੌਣ ਜਦੋਂ ਭੱਜੂਗੀ ਤੇ ਕੰਨਾ ਮੁੱਢ ਗੋਲੀ ਜਦੋਂ ਠਾ ਦੇ ਕੇ ਵੱਜੂਗੀ, ਕੰਨਾ ਮੁੱਢ ਗੋਲੀ ਜਦੋਂ ਠਾ ਦੇ ਕੇ ਵੱਜੂਗੀ, ਮਾਣ ਵਿੱਚ ਮਣਕਾ ਭਨਾਊ ਜਦੋਂ ਧੌਣ ਦਾ ਆਊਗਾ ਸਵਾਦ ਮੱਥਾ ਗੁਰਾਂ ਨਾਲ ਲਾਉਣ ਦਾ, ਫਿਰ ਅਚਨਚੇਤ ਸਾਰੇ ਚੁੱਪ ਚਾਨ ਹੋ ਗਿਆ। ਲਾਲ ਸਿੰਘ ਢਾਲ ਅੱਗੇ ਤਾਣ ਕੇ ਖਲੋ ਗਿਆ, ਢਾਲ ਪਿੱਛੇ ਅਜੇ ਵੀ, ਢਾਲ ਪਿੱਛੇ ਨੈਣਾਂ ਵਿੱਚ ਨੀਰ ਭਰੀ ਜਾਂਦਾ ਸੀ, ਮੀਟੀਆਂ ਸੀ ਅੱਖਾਂ ਅਰਦਾਸ ਕਰੀ ਜਾਂਦਾ ਸੀ। ਤੂੰ ਇੰਨੇ ਨੂੰ ਬੰਦੂਕ ਗੁਰੂ ਦੇਵ ਨੇ ਉਠਾਈਏ, ਲੈਣ ਲਈ ਨਿਸ਼ਾਨਾ ਉਹਨਾਂ ਮੋਢੇ ਨਾਲ ਲਾਈਏ, ਕਾਦੀਏ ਬੰਦੂਕ ਮਾਨੋ ਰੂਪ ਨਿਰਾਕਾਲ ਦਾ। ਤਿੰਨ ਵਾਰੀ ਗੁਰਾਂ ਨੇ ਨਿਸ਼ਾਨਾ ਲਿਆ ਢਾਲ ਦਾ, ਤਿੰਨ ਵਾਰੀ ਐਤਕਾਂ ਦੀ ਵੇਰ, ਚੌਥੀ ਵੇਰ ਉਹਨਾਂ ਪੂਰੀ ਨੀਝ ਲਾਈਏ, ਪਰ ਗੋਲੀ ਢਾਲ ਉੱਤੇ ਗੋਲੀ ਉਹਨਾਂ ਤਾਂ ਵੀ ਨਾ ਚਲਾਈ। ਕੁਝ ਸਿੱਖਾਂ ਕਿਹਾ ਲਾਗੇ ਹੋ ਕੇ, ਦਾਤਾਰ ਦੇ ਪੰਜ ਛੇ ਸਿੱਖ ਉੱਠ ਕੇ ਲਾਗੇ ਆ ਗਏ, ਕੁਝ ਸਿੱਖਾਂ ਕਿਹਾ ਲਾਗੇ ਹੋ ਕੇ ਦਾਤਾਰ ਦੇ, ਇਹ ਮਹਾਰਾਜ ਢਾਲ ਉੱਤੇ ਗੋਲੀ ਕਿਉਂ ਨਹੀਂ ਮਾਰਦੇ, ਗੇਲੇ ਦੀ ਉਦਾਂ ਹੀ ਚੁੱਕੀ ਆ, ਹੈਂ ਮਹਾਰਾਜ ਢਾਲ ਉੱਤੇ ਇਹ ਗੋਲੀ ਕਿਉਂ ਨਹੀਂ ਮਾਰਦੇ। ਪਾਤਸ਼ਾਹ ਵੇਖਣ ਨੂੰ ਉਦਾਂ ਤੇ ਬੰਦੂਕ ਬੜੀ ਸੋਹਣੀ ਆ, ਚੱਲਦੀ ਨਹੀਂ ਜਿਹੜੀ, ਇਹ ਖਰਾਬ ਹੋ ਗਈ ਹੋਣੀ ਆ, ਚੱਲਦੀ ਜੋ ਹੈ ਨਹੀਂ ਗੀ, ਖਰਾਬ ਹੋ ਗਈ ਹੋਣੀ ਆ। ਅਤੇ ਹੌਲੀ ਦਿੱਤੀ ਹੱਸ ਕੇ ਅਤੇ ਗੁਰਾਂ ਅੱਗੋਂ ਕਿਹਾ ਇਹ ਸਿੱਖੋ, ਢਾਲ ਦਾ ਨਿਸ਼ਾਨਾ ਮੈਂ ਤਾਂ ਚਾਰ ਵਾਰੀ ਲਿਆ ਹੈ, ਗੋਲੀ ਕਿੱਥੇ ਮਾਰਾਂ, ਗੋਲੀ ਕਿੱਥੇ ਮਾਰਾਂ। ਸਿੱਖਾਂ ਨੂੰ ਕਹਿ ਰਹੇ ਪਾਤਸ਼ਾਹ ਮੈਂ ਹੈਰਾਨ ਹਾਂ ਸਵਾਲ 'ਤੇ, ਨੌਵੇਂ ਪਾਤਸ਼ਾਹ ਜਾਂ ਹੱਥ ਰੱਖੇ ਹੋਇਆ ਢਾਲ,
ਗੋਲੀ ਕਿੱਥੇ ਮਾਰਾਂ, ਮੈਂ ਹੈਰਾਨ ਹਾਂ ਖਿਆਲ ਤੇ, ਨੌਵੇਂ ਪਾਤਸ਼ਾਹੀਆਂ ਹੱਥ ਰੱਖੇ ਹੋਇਆ ਢਾਲ ਤੇ, ਢਾਲ ਪਿੱਛੇ ਲਾਲ ਸਿੰਘ ਨੇ ਨੈਣ ਭਰੇ ਹੋਏ ਆ ਤੇ ਢਾਲ ਅੱਗੇ ਗੁਰੂ ਦੇਵਾਂ ਹੱਥ ਧਰੇ ਹੋਏ। ਸਿੱਖਾਂ ਤਾਂ ਹੀ ਕਿਹਾ ਇੱਦਾਂ ਦੁਨੀਆਂ ਦੇ ਵਾਲੀ ਏ ਸਿੱਖੋ, ਢਾਲ ਉੱਤੇ ਗੋਲੀ ਜੋਗੀ ਥਾਂ ਵੀ ਨਾ ਖਾਲੀ ਏ। ਦਿਲ ਵਿੱਚ ਹੋਇਆ ਜਦੋਂ ਨਿਮਰਤਾ ਦਾ ਵਾਸ ਹੈ, ਹੋ ਗਈ ਸੱਚੇ ਸਿੱਖ ਦੀ ਕਬੂਲ ਅਰਦਾਸ। ਜਦੋਂ ਦਿਲ ਵਿੱਚ ਨਿਮਰਤਾ ਆ ਗਈ ਨਾਲੇ ਗੁਰਬਾਣੀ ਵੀ, ਤਾਂ ਸਿੱਖੋ ਇਹੀ ਫਰਮਾਉਂਦੀ ਏ ਸੱਚੀ ਅਰਦਾਸ ਕਦੇ ਬਿਰਥਾ ਨਾ ਜਾਂਦੀ ਏ। ਦਾਤੇ ਨੂੰ ਤੇ ਚਾਹ ਰਹਿੰਦਾ ਦਾਤਾਂ ਵਰਤਾਉਣ ਦਾ, ਉਹ ਤਾਂ ਕਹਿੰਦਾ ਮੇਰੇ ਕੋਲ ਕੁਛ ਲਵੇ ਸਹੀ, ਹੈ ਦਿੰਦਾ ਦੇ, ਲੈਂਦੇ ਥੱਕ ਪਾਏ ਅਸੀਂ ਥੱਕ ਜਾਂਦੇ ਹਾਂ। ਦਾਤੇ ਨੂੰ ਤੇ ਚਾਹ ਰਹਿੰਦਾ ਦਾਤਾਂ ਵਰਤਾਉਣ ਦਾ, ਸਾਨੂੰ ਇਹ ਨਹੀਂ ਤਰੀਕਾ ਆਉਂਦਾ ਝੋਲੀਆਂ ਫੈਲਾਉਣ ਦਾ। ਚਮਨ ਇਸ ਦਰ ਉੱਤੇ ਪੈਂਦੀਆਂ ਨੇ ਪੂਰੀਆਂ, ਕਰੋ ਅਰਦਾਸਾਂ ਆਸਾਂ ਰਹਿਣ ਨਾ ਅਧੂਰੀਆਂ, ਕਰੋ ਅਰਦਾਸਾਂ ਆਸਾਂ।